ਸਵੇਰੇ ਪਾਰਲੀਮੈਂਟ ਪਹੁੰਚ ਗਏ ਸੀ 10 ਵਜੇ, ਤਾਂ ਉੱਥੇ ਜਿਹੜੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਵੀ ਮੌਜੂਦ ਸੀ, ਉਹ ਵੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਆਏ ਸੀ, ਪਰ ਉਹਨਾਂ ਨੂੰ ਵੀ ਉੱਥੇ ਮਿਲ ਨਹੀਂ ਦਿੱਤਾ ਗਿਆ। ਨਾ ਹੀ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਜੀ ਨੂੰ, ਨਾ ਹੀ ਉਹਨਾਂ ਦੇ ਚਾਚਾ ਜੀ ਨੂੰ, ਅਤੇ ਨਾ ਹੀ ਸਾਨੂੰ ਉੱਥੇ ਮਿਲ ਦਿੱਤਾ ਗਿਆ। ਅਤੇ ਪਹਿਲਾਂ ਤਾਂ ਇਹ ਸੀ ਵੀ ਪਰਿਵਾਰ ਦੀ ਜਿਹੜੀ ਮੁਲਾਕਾਤ ਹੈ, ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਸਪੀਕਰ ਸਾਹਿਬ ਦੇ ਚੇਂਬਰ ਦੇ ਵਿੱਚ ਹੋ ਜਾਵੇਗੀ, ਜਿਵੇਂ ਬਾਕੀ MPs ਦੇ ਘਰ ਦੇ ਉਹਨਾਂ ਨੂੰ ਦੇਖਦੇ ਨੇ ਸਹੁੰ ਚੱਕਦਿਆਂ ਨੂੰ ਉੱਥੋਂ ਗੈਲਰੀ ਦੇ ਵਿੱਚੋਂ, ਅਤੇ ਐਂ ਭਾਈ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਵੀ ਦੇਖ ਸਕੇਗਾ। ਪਰ ਉਹਨਾਂ ਨੇ ਐਨ ਮੌਕੇ 'ਤੇ ਆ ਕੇ ਕੈਂਸਲ ਕਰ ਦਿੱਤਾ, ਹਾਲਾਂਕਿ ਲਿਸਟ ਵੀ ਦਿੱਤੀ ਹੋਈ ਸੀ, ਅਤੇ ਮੇਰੇ ਹਿਸਾਬ ਨਾਲ ਬੜਾ ਜ਼ਿਆਦਾ ਮਾੜਾ ਕੀਤਾ ਉਹਨਾਂ ਨੇ। ਅਤੇ ਜਿਹੜਾ ਹੁਣ ਇੱਥੇ ਪਤਾ ਲੱਗਿਆ ਵੀ ਇੱਥੇ ਪਾਸੇ ਜੇ ਕਿਤੇ ਇੱਕ ਇੱਥੇ CRPF ਦੇ ਘੇਰੇ ਦੇ ਵਿੱਚ ਜੋ ਭਾਈ ਅੰਮ੍ਰਿਤਪਾਲ ਸਿੰਘ ਦੀ ਮੁਲਾਕਾਤ ਹੈ ਉਹਨਾਂ ਦੇ ਪਰਿਵਾਰ ਨਾਲ ਕਰਾਉਣ ਜਾ ਰਹੇ ਨੇ, ਪਰ ਜਿਹੜੇ ਬਾਕੀ ਉਹਨਾਂ ਦੇ ਸਮਰਥਕ ਨੇ ਬੜੇ ਪੰਜਾਬ ਤੋਂ ਦੂਰੋਂ ਸਾਰੇ ਚੱਲ ਕੇ ਆਏ ਨੇ, ਉਹਨਾਂ ਨੂੰ ਕੋਈ ਮੁਲਾਕਾਤ ਦਾ ਇੱਥੇ ਮੌਕਾ ਨਹੀਂ ਦੇ ਰਹੇ। ਪਹਿਲੇ 6 ਲੋਕਾਂ ਕੀ ਮੁਲਾਕਾਤ ਕੇ ਲਈ ਪਰਿਵਾਰ ਕੀ ਬਾਤ ਕੀ ਜਾ ਰਹੀ ਥੀ, ਲੇਕਿਨ ਅਬ ਸਿਰਫ 2 ਲੋਕੋ ਕੋ ਜੋ ਹੈ ਵੋ ਮੁਲਾਕਾਤ ਜੋ ਹੈ ਕਰਾਈ ਜਾਏਗੀ। ਹਾਂਜੀ, ਇਹ ਵੀ ਕਾਫੀ ਜ਼ਿਆਦਾ, ਦੇਖੋ ਜੋ ਵੀ ਸਮਰਥਕ ਹੈ ਸਾਰੇ ਦੂਰ ਸੇ ਆਏ ਹੈ, ਅਤੇ ਦੂਰ ਤੋਂ ਆਏ ਹਾਂ ਅਸੀਂ ਸਮਰਥਕ ਸਾਰੇ, ਅਤੇ ਸਾਨੂੰ ਜੋ ਭਾਈ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਦਾ, ਵੀ ਇੱਕ ਸਾਡੇ ਪੰਜਾਬ ਦੇ ਚੁਣੇ ਹੋਏ ਨੁਮਾਇੰਦੇ ਨੇ, ਸਾਡੇ ਮੈਂਬਰ ਪਾਰਲੀਮੈਂਟ ਨੇ, ਤਾਂ ਸਾਰਿਆਂ ਨੂੰ ਜੋ ਹੈ ਮੁਲਾਕਾਤ ਦਾ ਇਹ ਮੌਕਾ ਦੇਣਾ ਚਾਹੀਦਾ ਸੀ। ਉਮੀਦ ਕਿਆ ਜਤਾਈ ਜਾ ਰਹੀ ਹੈ ਆਪਕੀ ਤਰਫ ਸੇ, ਜਿਸ ਤਰੀਕੇ ਸੇ NSA ਜੋ ਹੈ ਵੋ ਲਗਾ ਹੁਆ ਹੈ ਔਰ ਇੱਕ ਸਾਲ ਕੇ ਲੀਏ ਬੜਾ ਵੀ ਦਿਆ ਗਿਆ ਹੈ? ਦੇਖੋ ਸਾਨੂੰ ਪੰਜਾਬ ਸਰਕਾਰ ਤੋਂ ਤਾਂ ਕੋਈ ਉਮੀਦ ਨਹੀਂ ਲੱਗ ਰਹੀ, ਭਗਵੰਤ ਸਿੰਘ ਮਾਨ ਕੋਲੇ ਹੁਣ ਇਹ ਮੌਕਾ ਹੈ, ਜੇ ਉਹ ਆਪਦੇ ਜਿਹੜਾ ਵੋਟ ਸ਼ੇਅਰ ਘਟਿਆ ਪੰਜਾਬ ਦੇ ਵਿੱਚ, ਜੇ ਉਸ ਨੂੰ ਸੰਭਾਲਣਾ ਚਾਹੁੰਦੇ ਨੇ, ਤਾਂ ਹਾਲੇ ਵੀ ਸਮਾਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਤੋਂ NSA ਰਿਵੋਕ ਕਰ ਦੇਣ, ਅਤੇ ਨਹੀਂ ਤਾਂ ਅਸੀਂ ਜੋ ਮਾਨਯੋਗ ਹਾਈਕੋਰਟ ਵਿਖੇ ਜਾਂ ਜੋ ਮਾਨਯੋਗ ਸੁਪਰੀਮ ਕੋਰਟ ਵਿਖੇ ਇਹਨਾਂ ਸਾਰੇ ਕੇਸਾਂ ਦੀ ਜੋ ਹੈ ਚਾਰਾਜੋਈ ਕਰਾਂਗੇ। 4 ਦਿਨ ਤੱਕ ਪੈਰੋਲ ਕੀ ਬਾਤ ਕਹੀ ਗਈ ਸੀ, ਲੇਕਿਨ ਅੱਜ ਜੋ ਜਾਣਕਾਰੀ ਮਿਲ ਰਹੀ ਹੈ ਕਿ ਵਾਪਸ ਅੱਜ ਡਿਬਰੂਗੜ੍ਹ ਜੇਲ੍ਹ ਜੋ ਹੈ ਲਿਜਾਇਆ ਜਾਏਗਾ। ਦੇਖੋ ਬਹੁਤ ਜ਼ਿਆਦਾ ਇੱਕ ਗਲਤ ਹੈ, ਭਾਈ ਅੰਮ੍ਰਿਤਪਾਲ ਸਿੰਘ ਨੂੰ ਉਹਨਾਂ ਦੇ ਜਿਹੜੇ ਵੋਟਰ ਨੇ ਸਮਰਥਕ ਨੇ ਖਡੂਰ ਸਾਹਿਬ ਦੇ, ਉੱਥੇ ਨਾ ਜਾਣ ਦੇਣਾ, ਮਿਲ ਨਾ ਦੇਣਾ, ਧੰਨਵਾਦ ਨਾ ਕਰਨ ਦੇਣਾ, ਅਤੇ ਇਹ ਸਾਰਾ ਕੁਝ ਗਲਤ ਹੈ, ਡੈਮੋਕ੍ਰੇਸੀ ਦਾ ਮਰਡਰ ਹੈ, ਜਮਹੂਰੀਅਤ ਦਾ ਘਾਣ ਹੈ, ਇਹ ਇੱਕ ਪੋਲੀਟੀਕਲੀ ਭਾਈ ਅੰਮ੍ਰਿਤਪਾਲ ਸਿੰਘ ਦੇ ਉਲਟ ਇਹ ਜਿਹੜੇ ਕਦਮ ਨੇ ਪੰਜਾਬ ਸਰਕਾਰ ਨੇ ਲਏ ਨੇ, ਤਾਂ ਕਿ ਉਹਨਾਂ ਦਾ ਜਿਹੜਾ ਪੋਲੀਟੀਕਲ ਇੱਕ ਲੈਂਡਸਕੇਪ ਬਣਿਆ, ਫੀਲਡ ਬਣਿਆ, ਉਸ ਨੂੰ ਖੌਰੂ ਲਾਇਆ ਜਾ ਸਕੇ। ਖਰਾ ਸਾਹਿਬ, ਜਿਸ ਤਰੀਕੇ ਸੇ ਆਖਰੀ ਸਵਾਲ ਮੇਰਾ ਇਹ ਹੈ ਕਿ ਆਪਕਾ ਟੀਚਾ ਕਿਆ ਰਹੇਗਾ ਆਉਣ ਵਾਲੇ ਦਿਨੋਂ ਕਾ? ਦੇਖੋ ਆਉਣ ਵਾਲੇ ਦਿਨੋਂ ਮੇਂ ਭਾਈ ਅੰਮ੍ਰਿਤਪਾਲ ਸਿੰਘ ਨੇ ਇਹ ਬਾਤ ਕਹੀ ਹੈ ਕਿ ਮੈਨੇ ਨਸ਼ਾ ਜੋ ਨਸ਼ੇ ਕੇ ਖਿਲਾਫ਼ ਬਾਤ ਕਰਨੀ ਹੈ, ਪੰਜਾਬ ਕੀ ਡਿਵੈਲਪਮੈਂਟ ਕੀ ਬਾਤ ਕਰਨੀ ਹੈ, ਪੰਜਾਬ ਕੋ ਇਸੇ ਆਗੇ ਲੈ ਕੇ ਜਾਣਾ ਹੈ, ਤੋ ਇਸੀ ਲਈ ਪੰਜਾਬ ਕੇ ਲੀਏ, ਪੰਜਾਬੀਅਤ ਕੇ ਲੀਏ, ਪੰਜਾਬ ਕੇ ਵਾਸੀਓ ਕੇ ਲੀਏ ਜੋ ਕਾਮ ਕਰਨਾ ਹੈ, ਇਹ ਭਾਈ ਅੰਮ੍ਰਿਤਪਾਲ ਸਿੰਘ ਕਾ ਪ੍ਰਣ ਹੈ।